ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਇੱਕ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ। ਦੁਕਾਨ ਦੇ ਪਿੱਛੋਂ ਕੰਧ ਤੋੜ ਕੇ ਦੁਕਾਨ ਅੰਦਰੋਂ ਮੋਟਰਾਂ ਤੇ ਹੋਰ ਸਮਾਨ ਲੈ ਕੇ ਚੋਰ ਉੱਥੋਂ ਹੋਏ ਫਰਾਰ। ਦੁਕਾਨ ਮਾਲਕ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ 2 ਤੋਂ 2.5 ਲੱਖ ਰੁਪਏ ਦਾ ਹੋਇਆ ਨੁਕਸਾਨ। ਦੇਖੋ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ। ਬਤਨਕੀ ਰਾਹੇ ਤੋਂ ਦਰੁਪ ਕਲੂਚਾ ਦੀ ਰਿਪੋਰਟ। ਹਾਂਜੀ ਸਰ, ਕੀ ਨਾਂ ਜੀ ਆਪਣਾ? ਬਲਵਿੰਦਰ ਸਿੰਘ। ਹਾਂਜੀ ਬਲਵਿੰਦਰ ਸਿੰਘ, ਕੀ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਦੁਕਾਨ ਦੇ ਬਾਹਰ ਖੜੇ ਹੋ ਆਪਣੇ? ਸਾਡੇ ਜੀ ਚੋਰ ਪਿੱਛੋਂ ਕੰਧ ਤੋੜ ਕੇ ਚੋਰੀ ਕਰ ਲਈ ਜੀ। ਕੀ ਲੈ ਗਏ ਸਰ? ਮੋਟਰਾਂ ਲੈ ਕੇ, ਮਸ਼ੀਨਾਂ ਦੀਆਂ ਲਾ ਕੇ ਜੀ, ਅਤੇ ਪਿੱਛੇ ਹੋਰ ਥੱਲੇ ਮੋਟਰਾਂ ਪਈਆਂ ਸੀ। ਪਿੱਛੇ ਕੋਪਰ ਦਾ ਕਬਾੜ ਸੀਗਾ, ਸਿਲਵਰ ਦਾ ਕਬਾੜ ਸੀ, ਲੋਹਾ ਸੀ। ਅਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ? ਮੈਂ ਬਿਮਾਰ ਹਾਂ, ਮੈਂ ਆਉਂਦਾ ਨਹੀਂ ਸੀ, ਜਦੋਂ 4-5 ਦਿਨ ਦਿਨ ਬਾਅਦ ਗੇੜੀ ਮਾਰਦਾ ਸੀ। ਹਾਂਜੀ, 4-5 ਦਿਨ ਬਾਅਦ ਕਿਤੇ ਗੇੜੀ ਮਾਰਦਾ ਸੀ। ਹਾਂਜੀ, ਤਾਂ ਫਿਰ ਮੈਨੂੰ ਤਾਂ ਇੱਥੇ ਰਿਕਸ਼ਾ ਵਾਲੇ ਨੇ ਫੋਨ ਕਰਕੇ ਦੱਸਿਆ ਜੀ। ਅੱਛਾ ਜੀ, ਇੱਕ ਬਲੇਕ ਟਰੈਕਰ ਵਾਲਾ, ਉਹਨਾਂ ਦੇ ਮੁੰਡਿਆਂ ਨੇ ਦੱਸਿਆ ਉਹਨਾਂ ਨੂੰ ਫੋਨ ਕਰਕੇ। ਅਤੇ ਆਪਣਾ ਨੁਕਸਾਨ ਕਿੰਨਾ ਕੁ ਹੋ ਗਿਆ? 2-2.5 ਲੱਖ ਦਾ ਮਾਈਕਰੋਮੀਟਰ ਵਗੈਰਾ, ਹੋਰ ਟੂਲ ਸਾਰਾ ਕੁਝ, ਮੇਨ ਵਧੀਆ ਵਧੀਆ ਟੂਲ ਸਾਰੇ ਲੈ ਗਏ। ਬੈਲਡਿੰਗ ਸੈੱਟ ਲੈ ਗਏ, ਇੱਕ 2 ਡਰਿਲ ਮਸ਼ੀਨ ਹੈਂਡ ਹੱਥ ਵਾਲੀਆਂ ਲੈ ਗਏ, ਬੜੇ ਹੈਵੀ 'ਚ। ਹਾਂਜੀ, ਅਤੇ ਗਰੈਂਡਰ, ਹੱਥ ਕਟਰ ਗਰੈਂਡਰ ਜਿਹੜਾ ਹੁੰਦਾ ਉਹ ਲੈ ਗਏ ਜੀ। ਤੇ ਤੁਸੀਂ ਪੁਲਿਸ ਕੰਪਲੇਂਟ ਕੀਤੀ? ਕੰਪਲੇਂਟ ਕੀਤੀ ਸੀ, ਲੇਕਿਨ ਆਏ ਨਹੀਂ ਪੁਲਿਸ। ਪੁਲਿਸ ਵਾਲੇ ਆਏ ਸੀ, ਲੇਕਿਨ ਉਹਨਾਂ ਨੇ ਕੰਪਲੇਂਟ ਨਹੀਂ ਲਿਖੀ ਜੀ। ਅੱਛਾ ਜੀ, ਉਹ ਕਹਿੰਦੇ ਸਾਨੂੰ, ਕਹਿੰਦੇ ਤੁਸੀਂ ਬੰਦੇ ਦਾ ਨਾਂ ਦੱਸੋ। ਅਸੀਂ ਬੰਦੇ ਦਾ ਨਾਂ ਅਸੀਂ ਦੇਖਿਆ ਹੋਇਆ ਤਾਂ ਅਸੀਂ ਫੜਦੇ ਨਾ ਜੀ। ਕੋਈ ਪਹਿਚਾਣ ਦੇ ਵਿੱਚ? ਪਹਿਚਾਣ ਤਾਂ ਕੋਈ ਨਹੀਂ ਅਜੇ, ਵੀ ਹੁਣ ਸਾਡੇ ਕਹਿ ਰਹੇ। ਇਸ ਤੋਂ ਪਹਿਲਾਂ ਵੀ ਤੁਹਾਡੇ ਚੋਰੀ ਹੋਈ ਹੈ? 2-3 ਦਿਨ ਲਗਾਤਾਰ ਜਿਹੜੀ ਹੋਈ ਇਹੀ ਹੋਈ ਹੈ ਜੀ। ਪਹਿਲਾਂ ਕਦੀ ਨਹੀਂ ਹੁੰਦਾ ਸਾਡਾ, 33-34 ਸਾਲ 'ਚ ਪਹਿਲੀ ਵਾਰ ਨੁਕਸਾਨ ਹੋਇਆ। ਜਿੱਦਾਂ ਹੁਣ ਤੁਹਾਡੇ ਆ ਮੋੜ ਦੇ ਉੱਪਰ ਨਾਕਾ ਲੱਗਾ ਰਹਿੰਦਾ ਹਰ ਵੇਲੇ ਪੁਲਿਸ ਦਾ, ਉਹ ਤਾਂ ਦਿਨੇ ਲੱਗਦਾ ਸੀ। ਹਾਂ, ਦਿਨੇ ਲੰਘਦੀਆਂ ਨਾਲੇ ਉਹ, ਪਰ ਉਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਉਹ ਕਿਸ ਟਾਈਮ ਲੱਗਦੇ ਆ, ਕਿਸ ਟਾਈਮ ਨਹੀਂ ਲੱਗਦੇ। ਅਤੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ? 2 ਲੱਖ ਦਾ ਤਾਂ ਲਗਭਗ ਹੋ ਗਿਆ। ਕੋਈ ਮੋਟਰ ਆਈ ਆ, 10 ਮੋਟਰ ਆਈ, ਤਾਂ ਹੁਣ 0-0 ਤਾਂ ਮੈਂ ਵੀ ਨਹੀਂ ਦੱਸ ਸਕਦਾ, ਕਿਉਂ ਮੈਂ ਵੀ, ਮੈਨੂੰ 5 ਮਹੀਨੇ ਹੋ ਗਏ ਮੈਂ ਦੁਕਾਨ 'ਤੇ ਨਹੀਂ ਆਉਂਦਾ। ਕਿਸ ਰੋਡ ਦੇ ਉੱਪਰ ਦੁਕਾਨ ਆਪਣੀ? ਹੁਸ਼ਿਆਰਪੁਰ ਰੋਡ ਜੀ।